ਅੰਮ੍ਰਿਤਸਰ ਦੇ ਹਰੀਪੁਰਾ ਇਲਾਕੇ 'ਚ ਇੱਕ ਵਿਆਹਤਾ ਦੀ ਭੇਤਭਰੀ ਹਾਲਾਤਾਂ 'ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਲੜਕੀ ਦੀ ਮੌਤ ਦਾ ਜ਼ਿੰਮੇਵਾਰ ਉਸ ਦੇ ਸਹੁਰੇ ਪਰਿਵਾਰ ਨੂੰ ਠਹਿਰਾਇਆ ਹੈ। ਲੜਕੀ ਦੇ ਵਾਰਸਾਂ ਨੇ ਦੋਸ਼ ਲਾਉਂਦਿਆਂ ਹੋਇਆ ਕਿਹਾ ਕਿ ਉਹਨਾਂ ਦੀ ਲੜਕੀ ਦੀ ਮੌਤ ਦੀ ਖਬਰ ਦਿੱਤੇ ਬਿਨਾਂ ਹੀ ਉਸ ਦਾ ਸਹੁਰਾ ਪਰਿਵਾਰ ਸੰਸਕਾਰ ਕਰਨ ਦੀ ਤਿਆਰੀ ਕਰ ਰਿਹਾ ਸੀ, ਜਦਕਿ ਰਾਸ਼ਟਰਵਾਦੀ ਸ਼ਿਵ ਸੈਨਾ ਪੰਜਾਬ ਦੀ ਮਦਦ ਨਾਲ ਉਹਨਾਂ ਦੀ ਇਸ ਕਾਰਵਾਈ ਨੂੰ ਰੋਕਿਆ ਗਿਆ। ਦੂਜੇ ਪਾਸੇ ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਮੁਤਾਬਕ ਪੀੜਤਾ ਦੇ ਸਸੁਰਾਲ ਵਾਲੇ ਮੌਕੇ ਤੋਂ ਫਰਾਰ ਹਨ ਅਤੇ ਮ੍ਰਿਤਕਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਹਨੇ ਸੁਸਾਈਡ ਲਈ ਤਾਂ ਉਹਨੂੰ ਮਾਰਿਆ ਵਾ, ਕੀ ਨਾਮ ਆ ਸਕਦਾ ਉਹਨੂੰ ਮਾਰਿਆ? ਉਹਦੀ ਫਾਂਸੀ, ਉਹਦੇ ਫਾਂਸੀ ਗਲੇ ਦੇ ਨਿਸ਼ਾਨ ਹੈਗਾ, ਪੂਰਾ ਗਲੇ ਤੇ ਨਿਸ਼ਾਨ ਹੈਗਾ। ਉਹ ਤਾਂ ਮੂੰਹ ਤੇ ਪੱਟੀ ਰੱਖੀ ਹੋਈ ਹੈ, ਕਦੇ ਕੱਪੜੇ ਦਾ ਨਿਸ਼ਾਨ ਹੈਗਾ ਮੂੰਹ ਤੇ, ਇੰਨਾ ਮੂੰਹ ਦੱਬ ਕੇ ਮਾਰਿਆ ਉਹਨਾਂ, ਮੂੰਹ ਦਾ ਮੂੰਹ ਰੱਸੀ ਬਣ ਕੇ ਨਾ ਅੱਧਾ ਕਰਕੇ ਫੇਰ ਮਾਰਿਆ ਉਹਨੂੰ। ਕੀ ਨਾਮ ਹੈ ਲੜਕੀ ਦਾ? ਮਧੂ। ਕਿੰਨੀ ਉਮਰ? ਮਧੂ ਨਾਂ ਦੀ ਲੜਕੀ, ਜਿਹੜੀ ਆਪਣੇ ਛੋਟਾ ਹਰੀਪੁਰਾ 10 ਨੰਬਰ ਗਲੀ ਦੇ ਵਿੱਚ ਰਹਿ ਰਹੀ ਸੀਗੀ। ਇਹਦੀ ਸ਼ੱਕੀ ਹਾਲਾਤਾਂ ਦੇ ਵਿੱਚ ਮੌਤ ਹੋ ਗਈ ਹੈ। ਉਦੋਂ ਇਹਦੇ ਵਾਰਸ ਜਿਹੜੇ ਹੈ ਉਹ ਇਹ ਲੜਕੀ ਦੇ ਪਰਿਵਾਰ, ਜਿਹੜਾ ਲੜਕੀ ਦਾ ਪੇਕੇ ਪਰਿਵਾਰ ਸੀਗਾ, ਉਹਨਾਂ ਨੂੰ ਦੱਸੇ ਤੋਂ ਬਿਨਾਂ ਸੰਸਕਾਰ ਕਰਨ ਲਈ ਜਾ ਰਹੇ ਸੀਗੇ। ਅਤੇ ਇਹਦੇ ਵਿੱਚ ਅਸੀਂ ਜਿਹੜੀ ਲੜਕੀ ਦੀ ਆ ਡੈਡ ਬੋਡੀ ਆ ਉਹ ਕਬਜ਼ਾ ਪੁਲਿਸ 'ਚ ਲੈ ਕੇ ਕਾਰਵਾਈ ਕਰ ਰਹੇ ਹਾਂ ਔਰ ਤਸਦੀਕ ਕਰ ਰਹੇ ਹਾਂ, ਅਤੇ ਜੋ ਵੀ ਬਣਦੀ ਉਹ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਅੰਮ੍ਰਿਤਸਰ ਤੋਂ ਵਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।